focus, South Asian Media Group, Why Media. ਰਾਸ਼ਟਰਪਤੀ ਦੇ ਜਿਹੜੇ ਬੇਟੇ ਨੇ, ਜੋ ਬਾਈਡਨ ਦੇ ਬੇਟੇ ਹੰਟਰ ਬਾਈਡਨ, ਉਹਨਾਂ ਨੇ ਝੂਠ ਬੋਲਿਆ ਮੈਂਡੇਟਰੀ ਗਨ ਪਰਚੇਜ਼ ਫਾਰਮ ਦੇ ਉੱਤੇ। ਸੋ ਉਹਨਾਂ ਨੇ ਉਹਦੇ ਵਿੱਚ ਲਿਖਿਆ ਸੀਗਾ ਕਿ ਉਹ ਇਹਨੂੰ ਇਲੀਗਲੀ ਯੂਜ਼ ਨਹੀਂ ਕਰ ਰਹੇ ਆ, ਨਾ ਉਹ ਅਡਿਕਟਿਡ ਨੇ ਡਰੱਗਸ ਦੇ ਬਾਰੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜੋ ਉਹਨਾਂ ਨੇ ਫਾਰਮ ਦੇ ਉੱਤੇ ਝੂਠ ਬੋਲੀਆਂ ਨੇ, ਉਹ ਮਾਮਲਾ ਹੰਟਰ ਬਾਈਡਨ ਦੇ ਖਿਲਾਫ਼ ਬਣਾਇਆ ਗਿਆ ਸੀ। ਅੱਜ ਜਿਹੜੀ ਜਿਊਰੀ ਸੀਗੀ, ਉਹਨਾਂ ਨੇ ਹੰਟਰ ਬਾਈਡਨ ਨੂੰ ਗਿਲਟੀ ਪਾਇਆ ਕਿ ਉਹਨਾਂ ਨੇ ਫੈਡਰਲੀ ਲਾਇਸੈਂਸਡ ਗਨ ਡੀਲਰ ਨੂੰ ਝੂਠ ਬੋਲਿਆ, ਝੂਠਾ ਕਲੇਮ ਕੀਤਾ ਐਪਲੀਕੇਸ਼ਨ ਦੇ ਉੱਤੇ ਕਿ ਉਹ ਡਰੱਗ ਯੂਜ਼ਰ ਡਰੱਗਸ ਨਹੀਂ ਯੂਜ਼ ਕਰਦੇ, ਨਾ ਇਲੀਗਲੀ ਗਨ ਰੱਖੀ ਉਹਨਾਂ ਨੇ ਕਦੇ 11 ਦਿਨਾਂ ਦੇ ਵਿੱਚ। ਸੋ ਇਸ ਕਾਰਨ ਜਿਹੜਾ ਝੂਠ ਬੋਲਿਆ ਉਹਨਾਂ ਨੇ ਉਹ ਫਾਰਮ ਦੇ ਉੱਤੇ, ਉਹਦੇ ਕਾਰਨ ਹੁਣ ਇਹ ਚਾਰਜਿਸ ਉਹਨਾਂ ਦੇ ਖਿਲਾਫ਼ ਸਹੀ ਪਾਏ ਗਏ ਨੇ। ਹੁਣ ਇਸ ਮਾਮਲੇ ਦੇ ਵਿੱਚ ਅਸੀਂ ਦੱਸ ਦਈਏ ਕਿ 25 ਸਾਲ ਤੱਕ ਦੀ ਜਿਹੜੀ ਹੈ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ, ਪਰ ਕਿਉਂਕਿ ਹੁਣ ਜੱਜ ਸਾਹਿਬ ਨੇ ਫੈਸਲਾ ਕਰਨਾ, ਸੋ ਦੇਖਦੇ ਹਾਂ ਜੀ ਕਿਆ ਉਹਨਾਂ ਨੂੰ ਕੋਈ ਜੇਲ੍ਹ ਟਾਈਮ ਮਿਲੇਗਾ ਜਾਂ ਨਹੀਂ ਮਿਲੇਗਾ, ਕਿੰਨੀ ਉਹਨਾਂ ਨੂੰ ਸਜ਼ਾ ਹੁੰਦੀ ਹੈ, ਹੁਣ ਇਹਦੇ 'ਤੇ ਨਿਗਾਹ ਹੋਏਗੀ। ਸੋ ਹੰਟਰ ਬਾਈਡਨ ਅਸੀਂ ਦੱਸ ਦਈਏ ਕਿ ਉਹਨਾਂ ਦੇ ਖਿਲਾਫ਼ ਕੁਛ ਹੋਰ ਵੀ ਚੀਜ਼ਾਂ ਨੇ, ਉਹ ਅਸੀਂ ਬਾਅਦ ਦੇ ਵਿੱਚ ਅੱਗੇ ਚੱਲ ਕੇ ਉਹ ਵੀ ਤੁਹਾਨੂੰ ਡਿਟੇਲ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।